ਇੱਥੇ ਤੱਕ ਰਾਜਕੁਮਾਰ ਵੇਰਕਾ ਜੀ ਦਾ ਭਾਰਤੀ ਜਨਤਾ ਪਾਰਟੀ ਛੱਡ ਕੇ ਮੁੜ ਕੇ ਫਿਰ ਕਾਂਗਰਸ 'ਚ ਸ਼ਾਮਿਲ ਹੋਣ ਦਾ ਪ੍ਰਸ਼ਨ ਹੈ? ਉਦੋਂ ਅਸੀਂ ਮੈਂ ਇਹੀ ਕਹਾਂਗਾ ਕਿ ਇਟਸ ਵੈਰੀ ਅਨਫੋਰਚੁਨੇਟ। ਭਾਰਤੀ ਜਨਤਾ ਪਾਰਟੀ ਵਿੱਚ ਜਦੋਂ ਵੇਰਕਾ ਜੀ ਸ਼ਾਮਿਲ ਹੋਏ ਉਹਨਾਂ ਨੂੰ ਬਣਦਾ ਮਾਨ ਸਨਮਾਨ ਭਾਰਤੀ ਜਨਤਾ ਪਾਰਟੀ ਨੇ ਦਿੱਤਾ, ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਉਪਾਧਿਅਕਸ਼ ਬਣਾਇਆ ਗਿਆ ਔਰ ਹੋਰ ਤੇ ਹੋਰ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਟੌਪ ਡਿਸੀਜਨ ਮੇਕਿੰਗ ਜਿਹੜੀ ਬਾਡੀ ਹੁੰਦੀ ਹੈ, ਕੋਰ ਕਮੇਟੀ ਹੁੰਦੀ ਹੈ, ਉਹਦਾ ਵੀ ਸਦੱਸਿਆ ਨੋਮੀਨੇਟ ਕੀਤਾ ਗਿਆ। ਉਸਦੇ ਬਾਵਜੂਦ ਜੇ ਉਹ ਛੱਡ ਕੇ ਜਾ ਰਹੇ ਨੇ ਔਰ ਵਾਪਸ ਕਾਂਗਰਸ 'ਚ ਜਾ ਰਹੇ ਨੇ ਤਾਂ ਇਹਦਾ ਜਵਾਬ ਰਾਜਕੁਮਾਰ ਵੇਰਕਾ ਜੀ ਨੂੰ ਦੇਣਾ ਹੋਏਗਾ ਕਿ ਉਹ ਕਿਹੜੀਆਂ ਗੱਲਾਂ ਸੀਗੀਆਂ ਜਿਹਨੂੰ ਜਿਹੜੀਆਂ ਤੁਸੀਂ ਉਸ ਵੇਲੇ ਕੀਤੀਆਂ ਸੀਗੀਆਂ ਜਦੋਂ ਕਾਂਗਰਸ ਛੱਡੀ ਸੀਗੀ ਔਰ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋਈ ਸੀ, ਔਰ ਅੱਜ ਐਸਾ ਕਾਂਗਰਸ 'ਚ ਕੀ ਹੋ ਗਿਆ ਜਿਹੜਾ ਤੁਸੀਂ ਵਾਪਸ ਉਸੇ ਕਾਂਗਰਸ 'ਚ ਜਾ ਰਹੇ ਹੋ? ਇਹਦਾ ਜਵਾਬ ਵੇਰਕਾ ਜੀ ਨੂੰ ਦੇਣਾ ਹੋਏਗਾ। ਮੈਨੂੰ ਲੱਗਦਾ ਕਿ ਉਹਨਾਂ ਦੀਆਂ ਕੁਛ ਰਾਜਨੀਤਿਕ ਮਹੱਤਵਕਾਂਕਸ਼ਾ ਰਹੀਆਂ ਹੋਣਗੀਆਂ ਜਿਹੜੀਆਂ ਲੱਗਦੀਆਂ ਉਹਨਾਂ ਨੂੰ ਕਿ ਵੀ ਸ਼ਾਇਦ ਇੱਥੇ ਰਹਿ ਕੇ ਪੂਰੀਆਂ ਨਹੀਂ ਹੋ ਪਾ ਰਹੀਆਂ, ਅਤੇ ਲੇਕਿਨ ਫਿਰ ਵੀ ਮੈਂ ਕਹਾਂਗਾ ਕਿ ਜਦੋਂ ਇੱਕ ਪਰਿਵਾਰ ਦੇ ਜਿਸ ਤਰ੍ਹਾਂ ਸ਼ਾਮਿਲ ਹੁੰਦਾ ਉਸ ਤੋਂ ਬਾਅਦ ਜਾਂਦਾ, ਇਟਸ ਵੈਰੀ ਅਨਫੋਰਚੁਨੇਟ। ਆਈ ਵਿਸ਼ ਹਿਮ ਗੁੱਡ ਲੱਕ। ਜਿੱਥੇ ਤੱਕ ਰਾਜਕੁਮਾਰ ਵੇਰਕਾ ਜੀ ਦਾ ਭਾਰਤੀ ਜਨਤਾ ਪਾਰਟੀ ਛੱਡ ਕੇ ਮੁੜ ਕੇ ਫਿਰ ਕਾਂਗਰਸ 'ਚ ਸ਼ਾਮਿਲ ਹੋਣ ਦਾ ਪ੍ਰਸ਼ਨ ਹੈ, ਉਦੋਂ ਅਸੀਂ ਮੈਂ ਇਹੀ ਕਹਾਂਗਾ ਕਿ ਇਟਸ ਵੈਰੀ ਅਨਫੋਰਚੁਨੇਟ। ਭਾਰਤੀ ਜਨਤਾ ਪਾਰਟੀ ਵਿੱਚ ਜਦੋਂ ਵੇਰਕਾ ਜੀ ਸ਼ਾਮਿਲ ਹੋਏ ਉਹਨਾਂ ਨੂੰ ਬਣਦਾ ਮਾਨ ਸਨਮਾਨ ਭਾਰਤੀ ਜਨਤਾ ਪਾਰਟੀ ਨੇ ਦਿੱਤਾ, ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਉਪਾਧਿਅਕਸ਼ ਬਣਾਇਆ ਗਿਆ ਔਰ ਹੋਰ ਤੇ ਹੋਰ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਟੌਪ ਡਿਸੀਜਨ ਮੇਕਿੰਗ ਜਿਹੜੀ ਬਾਡੀ ਹੁੰਦੀ ਹੈ, ਕੋਰ ਕਮੇਟੀ ਹੁੰਦੀ ਹੈ, ਉਹਦਾ ਵੀ ਸਦੱਸਿਆ ਨੋਮੀਨੇਟ ਕੀਤਾ ਗਿਆ। ਉਸਦੇ ਬਾਵਜੂਦ ਜੇ ਉਹ ਛੱਡ ਕੇ ਜਾ ਰਹੇ ਨੇ ਔਰ ਵਾਪਸ ਕਾਂਗਰਸ 'ਚ ਜਾ ਰਹੇ ਨੇ ਤਾਂ ਇਹਦਾ ਜਵਾਬ ਰਾਜਕੁਮਾਰ ਵੇਰਕਾ ਜੀ ਨੂੰ ਦੇਣਾ ਹੋਏਗਾ ਕਿ ਉਹ ਕਿਹੜੀਆਂ ਗੱਲਾਂ ਸੀਗੀਆਂ ਜਿਹੜੀਆਂ ਤੁਸੀਂ ਉਸ ਵੇਲੇ ਕੀਤੀਆਂ ਸੀਗੀਆਂ ਜਦੋਂ ਕਾਂਗਰਸ ਛੱਡੀ ਸੀਗੀ ਔਰ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋਈ ਸੀ, ਔਰ ਅੱਜ ਐਸਾ ਕਾਂਗਰਸ 'ਚ ਕੀ ਹੋ ਗਿਆ ਜਿਹੜਾ ਤੁਸੀਂ ਵਾਪਸ ਉਸੇ ਕਾਂਗਰਸ 'ਚ ਜਾ ਰਹੇ ਹੋ? ਇਹਦਾ ਜਵਾਬ ਵੇਰਕਾ ਜੀ ਨੂੰ ਦੇਣਾ ਹੋਏਗਾ। ਮੈਨੂੰ ਲੱਗਦਾ ਕਿ ਉਹਨਾਂ ਦੀਆਂ ਕੁਛ ਰਾਜਨੀਤਿਕ ਮਹੱਤਵਕਾਂਕਸ਼ਾ ਰਹੀਆਂ ਹੋਣਗੀਆਂ ਜਿਹੜੀਆਂ ਲੱਗਦੀਆਂ ਉਹਨਾਂ ਨੂੰ ਕਿ ਵੀ ਸ਼ਾਇਦ ਇੱਥੇ ਰਹਿ ਕੇ ਪੂਰੀਆਂ ਨਹੀਂ ਹੋ ਪਾ ਰਹੀਆਂ, ਅਤੇ ਲੇਕਿਨ ਫਿਰ ਵੀ ਮੈਂ ਕਹਾਂਗਾ ਕਿ ਜਦੋਂ ਇੱਕ ਪਰਿਵਾਰ ਦੇ ਜਿਸ ਤਰ੍ਹਾਂ ਸ਼ਾਮਿਲ ਹੁੰਦਾ ਉਸ ਤੋਂ ਬਾਅਦ ਜਾਂਦਾ, ਇਟਸ ਵੈਰੀ ਅਨਫੋਰਚੁਨੇਟ। ਆਈ ਵਿਸ਼ ਹਿਮ ਗੁੱਡ ਲੱਕ। ਜਿੱਥੇ ਤੱਕ ਰਾਜਕੁਮਾਰ ਵੇਰਕਾ ਜੀ ਦਾ ਭਾਰਤੀ ਜਨਤਾ ਪਾਰਟੀ ਛੱਡ ਕੇ ਮੁੜ ਕੇ ਫਿਰ ਕਾਂਗਰਸ 'ਚ ਸ਼ਾਮਿਲ ਹੋਣ ਦਾ ਪ੍ਰਸ਼ਨ ਹੈ, ਉਦੋਂ ਅਸੀਂ ਮੈਂ ਇਹੀ ਕਹਾਂਗਾ ਕਿ ਇਟਸ ਵੈਰੀ ਅਨਫੋਰਚੁਨੇਟ। ਭਾਰਤੀ ਜਨਤਾ ਪਾਰਟੀ ਵਿੱਚ ਜਦੋਂ ਵੇਰਕਾ ਜੀ ਸ਼ਾਮਿਲ ਹੋਏ ਉਹਨਾਂ ਨੂੰ ਬਣਦਾ ਮਾਨ ਸਨਮਾਨ ਭਾਰਤੀ ਜਨਤਾ ਪਾਰਟੀ ਨੇ ਦਿੱਤਾ, ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਉਪਾਧਿਅਕਸ਼ ਬਣਾਇਆ ਗਿਆ ਔਰ ਹੋਰ ਤੇ ਹੋਰ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਟੌਪ ਡਿਸੀਜਨ ਮੇਕਿੰਗ ਜਿਹੜੀ ਬਾਡੀ ਹੁੰਦੀ ਹੈ, ਕੋਰ ਕਮੇਟੀ ਹੁੰਦੀ ਹੈ, ਉਹਦਾ ਵੀ ਸਦੱਸਿਆ ਨੋਮੀਨੇਟ ਕੀਤਾ ਗਿਆ। ਉਸਦੇ ਬਾਵਜੂਦ ਜੇ ਉਹ ਛੱਡ ਕੇ ਜਾ ਰਹੇ ਨੇ ਔਰ ਵਾਪਸ ਕਾਂਗਰਸ 'ਚ ਜਾ ਰਹੇ ਨੇ ਤਾਂ ਇਹਦਾ ਜਵਾਬ ਰਾਜਕੁਮਾਰ ਵੇਰਕਾ ਜੀ ਨੂੰ ਦੇਣਾ ਹੋਏਗਾ ਕਿ ਉਹ ਕਿਹੜੀਆਂ ਗੱਲਾਂ ਸੀਗੀਆਂ